ਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੈ, ਫਿਟਫਾਟ ਹੋ? ਅੱਛਾ ਯਾਰ, ਤੁਹਾਨੂੰ ਨਾ ਤੁਰਕੀ ਦੀ ਜਿਹੜੀ ਮੇਨ ਸਿਚੁਏਸ਼ਨ ਆ, ਮਤਲਬ ਗੈਸਟਮ ਕੰਡੀਸ਼ਨ ਆ, ਉਹ ਤੁਹਾਨੂੰ ਦੱਸਣ ਲੱਗਾ ਵਾਂ। ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਸਾਰੀਆਂ ਦੁਕਾਨਾਂ ਬੰਦ ਨੇ, ਕੋਈ ਕਿਧਰੇ ਨਹੀਂ ਜਾ ਰਿਹਾ, ਕੋਈ ਕਿਧਰੇ ਨਹੀਂ ਆ ਰਿਹਾ। ਬਸ ਨਾਰਮਲ ਜਿਹੜੇ ਮਸਲਨ ਕਿ ਕੈਫੇ ਅਤੇ ਖਾਣ ਪੀਣ ਵਾਲੀ ਚੀਜ਼ਾਂ ਨਾ, ਉਹ ਬੰਦ ਨੇ। ਬਸ ਜਿਹੜੀਆਂ ਨਾ ਚੀਜ਼ਾਂ, ਮਤਲਬ ਕਿ ਹੋ ਗਿਆ ਡੂਨਰ ਵਗੈਰਾ, ਜਾਂ ਅਗਰ ਕੁਛ ਚੀਜ਼ਾਂ ਇਹਦੀਆਂ ਖਾਣ ਵਾਲੀਆਂ, ਉਹ ਨਾ ਆਣ ਰੱਖੀਆਂ ਨੇ, ਉਹ ਉੱਥੇ ਤੁਸੀਂ ਬਹਿ ਕੇ ਨਹੀਂ ਖਾ ਸਕਦੇ। ਉਹ ਸਿਰਫ ਤੁਸੀਂ ਆਰਡਰ ਦਿਓਗੇ ਤੁਹਾਨੂੰ ਮਿਲ ਜਾਣਗੇ, ਤੁਸੀਂ ਘਰ ਲਿਆ ਕੇ ਖਾ ਸਕਦੇ ਹੋ। ਅਦਰਵਾਈਜ਼ ਬੰਦ ਨੇ ਸਾਰੇ ਪਾਸੇ, ਬੰਦ ਨੇ ਜਾਂ ਗੱਡੀਆਂ ਵਾਲੇ ਕਾਰ, ਮਤਲਬ ਕੋਈ ਵੀ ਜਿਹੜੀ ਚੀਜ਼ ਹੈ ਨਾ, ਦੇਖ ਸਕਦੇ ਹੋ ਕੋਈ ਵੀ ਓਪਨ ਨਹੀਂ ਹੈ, ਸਾਰੇ ਪਾਸੇ ਬੰਦ। ਇਸ ਟਾਈਮ ਇਹਦੀ ਕੰਡੀਸ਼ਨ ਹੈ, ਅਤੇ ਇੱਥੇ 108 ਤਕਰੀਬਨ 100 ਤੋਂ ਉੱਤੇ ਉੱਤੇ 105-108 ਬੰਦਾ ਜਿਹੜਾ ਉਹ ਮਰ ਚੁੱਕਿਆ, ਅਤੇ ਬਾਕੀ ਇਹਤਿਆਤ ਇੱਥੇ ਨਾ ਸ਼ੁਰੂ ਕਰ ਦੇਣੀਆਂ ਨੇ, ਮਤਲਬ ਕਿ ਮੁਕੰਮਲ ਸੀਲ ਨਹੀਂ ਹੋਇਆ, ਕੁਝ ਫੈਕਟਰੀਆਂ ਬੰਦ ਨਹੀਂ ਹੋਇਆ ਨੇ, ਇਹ ਚੱਲ ਰਹੀਆਂ ਨੇ। ਇਹਦੀ ਮੇਨ ਸਿਚੁਏਸ਼ਨ ਹੈ, ਇੱਥੇ ਦੀ ਕੰਡੀਸ਼ਨ ਹੈ, ਹਾਲ ਜਿਸ ਟਾਈਮ ਜਿਹੜੀ ਇਸ ਟਾਈਮ ਚੱਲ ਰਹੀ ਹੈ, ਮਤਲਬ ਕਿ ਸਾਰੇ ਪਾਸੇ ਬੰਦ ਹੈ। ਕਿਧਰੇ ਤੁਸੀਂ ਬੈਠ ਕੇ ਖਾਣਾ ਨਹੀਂ ਖਾ ਸਕਦੇ, ਚਾਏ ਨਹੀਂ ਪੀ ਸਕਦੇ। ਇੱਥੇ ਜਿਹੜਾ ਸ਼ੀਸ਼ਾ, ਯਾਨੀ ਕਿ ਤੁਸੀਂ ਪੀਂਦੇ ਹੋ, ਆਮ ਪੀਂਦੀ ਹੈ ਬੜੀ, ਇੱਥੇ ਕੈਫਿਆਂ 'ਚ ਆ ਕੇ ਉਹ ਵੀ ਨਹੀਂ ਪੀ ਸਕਦੇ। ਜਿਹੜੀਆਂ ਵੱਡੀਆਂ ਮੇਨ ਟੈਕਸਟਾਈਲ ਨੇ ਉਹ ਬੰਦ ਨੇ, ਮਤਲਬ ਕਿ ਕੋਈ ਵੀ ਕਿਧਰੇ ਵੀ ਮਾਰਕੀਟ ਓਪਨ ਨਹੀਂ ਹੈ, ਸਿਰਫ ਔਰ ਸਿਰਫ ਖਾਣੇ ਵਾਲੀ ਅਸ਼ੀਆਂ, ਫਰੂਟ ਵਗੈਰਾ, ਅਤੇ ਜਿੱਥੋਂ ਮਤਲਬ ਕਿ ਖਾਣੇ ਦਾ ਸਮਾਨ ਮਿਲਦਾ ਉਹ ਜ਼ਿਆਦਾਤਰ ਆਨ ਨੇ, ਇਸ ਤੋਂ ਇਲਾਵਾ ਹੋਰ ਕੋਈ ਵੀ ਨਹੀਂ। ਬਾਕੀ ਦੇਖ ਸਕਦੇ ਹੋ ਮੇਰੇ ਪਿੱਛੇ ਸਾਰੀਆਂ ਦੁਕਾਨਾਂ ਨੇ, ਸਾਰੀਆਂ ਬੰਦ ਨੇ ਇਸ ਟਾਈਮ, ਕੋਈ ਆਮ ਨਹੀਂ ਹੈ। ਅਤੇ ਇਹਤਿਆਤ ਕਰੋ ਆਪਣੀ, ਘਰ ਵੋ, ਬਾਹਰ ਨਿਕਲਣ ਤੋਂ ਬਚੋ, ਕਿਉਂਕਿ ਸਟੇ ਹੋਮ ਸਟੇ ਲਾਈਵਸ। ਮਿਲਦੇ ਹਾਂ ਅਗਲੀ ਵੀਡੀਓ 'ਚ ਇਨਸ਼ਾਅੱਲਾ। ਅੱਲਾ ਹਾਫਿਜ਼।